ਤੁਹਾਨੂੰ ਅਗਰ ਪਾਕਿਸਤਾਨ ਦਾ ਵਜ਼ੀਰ ਆਜ਼ਮ ਬਣਾ ਦਿੱਤਾ ਜਾਏ ਤਾਂ ਤੁਸੀਂ ਕੀ ਕਰੋਗੇ ਪਾਕਿਸਤਾਨ ਵਿੱਚ? ਮੈਂ ਪਾਕਿਸਤਾਨ ਲਈ ਇੰਨਾ ਕੁਛ ਕਰ ਦੇਵਾਂਗਾ, ਜਿਹੜਾ ਗਰੀਬ ਹੈ ਉਹਦਾ ਘਰ ਬਣਵਾ ਦੇਵਾਂਗਾ, ਜਿਹੜੀਆਂ ਸੜਕਾਂ ਟੁੱਟੀਆਂ ਸੜਕਾਂ ਬਣਵਾ ਦੇਵਾਂਗਾ। ਅੱਛਾ ਜੀ। ਜਿਹੜਾ ਪੁਲ ਡਿੱਗਦਾ ਹੋਇਆ ਉਹਨੂੰ ਖੜਾ ਕਰ ਦਿਆਂਗਾ, ਤੇ ਰੋਟੀਆਂ ਜਿਹੜੇ ਲੋਕ ਨਹੀਂ ਖਾ ਸਕਦੇ ਉਹਨਾਂ ਲਈ ਹੋਟਲ ਪਾ ਦਿਆਂਗਾ। ਹਾਂ। ਤੇ ਜਿਹੜੇ ਗਰੀਬ ਲੋਕ ਹੋਣ, ਧੀਆਂ ਭੈਣਾਂ ਜਿਨ੍ਹਾਂ ਦੀਆਂ ਪੈਸਾ ਨਹੀਂ ਹੈ, ਮੈਂ ਉਹਨਾਂ ਨੂੰ ਵਿਆਹਣਾ ਸ਼ੁਰੂ ਕਰ ਦਾਂਗਾ, ਪੈਸਾ ਅੱਛਾ ਜੀ ਮੈਂ ਦੇਵਾਂਗਾ। ਮੈਂ ਵਜ਼ੀਰ ਆਜ਼ਮ, ਮੇਰਾ ਨਾਮ ਸ਼ਹਿਜ਼ਾਦ ਹਸਨ, ਗਲੀ ਨੰਬਰ 6 ਨੋਟ ਟਾਊਨ ਮੈਂ ਹਮਾਰੀ ਕੋਠੀ ਹੈ। ਅੱਛਾ ਜੀ। ਹੁਣ ਤੁਸੀਂ ਇਲੈਕਸ਼ਨ ਤੇ ਵੀ ਖਲੋਤੇ ਹੋ? ਜੀ ਸਰ। ਤੇ ਕਿਹੜੀ ਸੀਟ ਤੇ ਖਲੋਤੇ ਹੋ ਤੁਸੀਂ? ਹਲਕਾ ਨੰਬਰ 8 ਹੈ ਜੀ। ਅੱਛਾ ਜੀ। ਸੀਟ ਨਿਸ਼ਾਨ ਮਿਲਿਆ ਥੋੜਾ। ਅੱਛਾ ਜੀ। ਜੀ। ਤੇ ਮੇਰੇ ਮਹੱਲੇ ਦੇ ਵੋਟ ਸਾਰੇ ਇਕੱਠੇ ਹੋ ਕੇ ਤੇ ਆਪਣੇ ਵਜ਼ੀਰ ਆਜ਼ਮ ਨੂੰ ਖੜਿਆ ਕਰੋ, ਪਠਾਨ ਦੀ ਲੱਤ ਖਿੱਚਾਂ ਮੈਂ ਤੇ ਇਹਨੂੰ ਥੱਲੇ ਲਾਈਏ ਇਹਦਾ, ਤੇ ਪੈਸਾ ਪੂਸਾ ਜਿਹੜਾ ਗਰੀਬਾਂ ਨੂੰ ਤਕਸੀਮ ਕਰੀਏ ਤੇ ਆਪਣੇ ਲਾਹੌਰ ਨੂੰ ਲਾਹੌਰ ਬਣਾਈਏ, ਪਾਕਿਸਤਾਨ ਬਣਾ ਦਈਏ। ਜਿਹੜੇ ਨਸ਼ਾ ਕਰਨ ਵਾਲੇ ਨੇ ਇਹਨਾਂ ਵਾਸਤੇ ਕੀ ਕਰੋਗੇ? ਇਹ ਨਸ਼ਾ ਕਰਨ ਵਾਲਿਆਂ ਨੂੰ ਇਲਾਜ ਕਰਾਂਗੇ ਇਹਨਾਂ ਦਾ, ਜੇ ਇਹ ਨਾ ਮੁੜ ਸਕਣ ਫਿਰ ਇਹਨਾਂ ਨੂੰ ਕਿਲੋ ਕਿਲੋ ਨਸ਼ਾ ਦੇ ਦਿਆ, ਲਓ ਵੀ ਪੀਓ ਤੇ ਮਰੋ। ਸਹੀ ਕਿਹਾ। ਕਿਉਂ ਜੀ? ਜਿਹੜੇ ਕਹਿੰਦੇ ਨੇ ਅਸੀਂ ਨਹੀਂ ਛੱਡ ਸਕਦੇ, ਹਾਂਜੀ, ਉਹਨਾਂ ਨੂੰ ਕਿਲੋ ਕਿਲੋ ਸਮਾਨ ਦੇ ਦਿਆਂਗੇ ਨਸ਼ਾ ਲੈ ਕੇ। ਪਾਕਿਸਤਾਨ ਨੂੰ ਪੁਰਾਣੇ ਨੂੰ ਨਵਾਂ ਬਣਾ ਦਿਆਂਗੇ। ਉਹ ਤੇ ਇਮਰਾਨ ਖਾਨ ਨੇ ਵੀ ਨਵਾਂ ਬਣਾਉਣ ਨਿਕਲਿਆ, ਬਣਾਇਆ ਨੀ ਉਹਨੇ, ਕੀ ਕੀਤਾ ਉਹਨੇ? ਕੁਛ ਵੀ ਨੀ ਕੀਤਾ ਉਹਨੇ, ਬਸ ਆਪਣਾ ਪੈਸਾ।